ਸੂਬੇ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਫੈਲ ਰਿਹਾ। ਕੁੱਤਿਆਂ ਦੇ ਵੱਢਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ, ਜਿਸ ਕਾਰਨ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇੱਕ ਹੋਰ ਦਿਲ ਨੂੰ ਹਲੂਣ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਤੋਂ, ਜਿੱਥੋਂ ਦੇ ਪਿੰਡ ਛਿਛਰੇਵਾਲਾ 'ਚ ਇੱਕ ਬਜ਼ੁਰਗ ਲਾਪਤਾ ਹੋ ਗਿਆ ਅਤੇ ਉਸ ਤੋਂ ਬਾਅਦ ਉਸਦੀ ਬੁਰੇ ਤਰੀਕੇ ਨਾਲ ਨੋਚੀ ਹੋਈ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ 80 ਸਾਲ ਦਾ ਬਜ਼ੁਰਗ ਯੂਨਸ ਮਸੀਹ ਆਪਣੀ ਧੀ ਨੂੰ ਮਿਲਣ ਗਿਆ ਸੀ ਤੇ ਅਚਾਨਕ ਲਾਪਤਾ ਹੋ ਗਿਆ। ਪਾਲ ਕਰਨ ਤੇ ਪਿੰਡ ਦੀ ਹੀ ਹੱਡਾ ਰੋੜੀ ਦੇ ਨਾਲ ਲੱਗਦੇ ਖੇਤਾਂ 'ਚ ਕੁੱਤਿਆਂ ਵੱਲੋਂ ਨੋਚ ਕੇ ਖਾਧੀ ਯੂਨਸ ਮਸੀਹ ਦੀ ਲਾਸ਼ ਅਤੇ ਉਸਦੇ ਟੁਕੜੇ ਖੇਤਾਂ ਵਿੱਚ ਖਿਲਰੇ ਪਏ ਮਿਲੇ। ਮੇਰੇ ਪਿਤਾ ਯਕੂਬ ਮਸੀਹ ਮੇਰੀ ਭੈਣ ਕੋਲ ਬਟਾਲੇ ਗਏ ਸੀ, ਬਟਾਲਿਓਂ ਬੱਸ 'ਤੇ ਚੜ੍ਹ ਕੇ ਵਾਪਸ ਆਏ, ਛੋਟੇ ਛਿਛਰੇਵਾਲ ਉਤਰ ਕੇ ਘਰ ਵਾਸਤੇ ਆਉਣ ਡੇ ਸੀ। ਰਸਤੇ 'ਚ ਹੱਡੋ ਰੋੜਾ ਜਿੱਥੇ ਕੁੱਤੇ ਬਹੁਤ ਜ਼ਿਆਦਾ ਰਹਿੰਦੇ ਆ, ਜਿਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਘੇਰ ਲਿਆ ਅਤੇ ਉਹਨਾਂ ਦੀ ਡੈੱਡ ਬਾਡੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਅਸੀਂ ਗੌਰਮੈਂਟ ਤੋਂ ਮੰਗ ਕਰਦੇ ਹਾਂ ਕਿ ਇੱਥੇ ਜਿਹੜਾ ਹੱਡੋ ਰੋੜਾ ਸੜਕ ਦੇ ਉੱਤੇ ਆ ਇਹਨੂੰ ਹਟਾਇਆ ਜਾਏ ਅਤੇ ਜਿਹੜਾ ਨੁਕਸਾਨ ਹੋਇਆ ਹੈ ਇਹਦੇ ਅੱਗੇ ਤੋਂ ਇਹੋ ਜਿਹਾ ਨੁਕਸਾਨ ਕੋਈ ਇਲਾਕੇ ਦੇ ਵਿੱਚ ਨਾ ਹੋਏ। ਕੀ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਜੇ ਕਿ ਡੈਡੀ ਦੇ ਜੋ ਚਲੇ ਜਾਣ ਵਾਸਤੇ ਕੋਈ ਭਰਪਾਈ ਕੀਤੀ ਜਾਵੇ? ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਡੈੱਡ ਬਾਡੀ ਦਾ ਇੰਨਾ ਨੁਕਸਾਨ ਹੋ ਕੇ ਸਾਨੂੰ ਕੁਛ ਵੀ ਮਿਲਿਆ ਨਹੀਂ ਆ, ਅਤੇ ਜੇ ਗੌਰਮੈਂਟ ਸਾਡੀ ਮਦਦ ਕਰੇ, ਸਾਨੂੰ ਕੋਈ ਮੁਆਵਜ਼ੇ ਦੇ ਤੌਰ 'ਤੇ ਕੋਈ ਰਾਸ਼ੀ ਮਿਲੇ ਅਤੇ ਪਰਿਵਾਰ ਨੂੰ ਥੋੜ੍ਹੀ ਸ਼ਾਂਤੀ ਹੋਏਗੀ ਇਹਦੇ ਵਿੱਚ। ਪਰਿਵਾਰ ਮੁਤਾਬਕ ਉਹਨਾਂ ਨੇ ਬਜ਼ੁਰਗ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ, ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਦੌਰਾਨ ਹੀ ਕਿਸਾਨਾਂ ਨੇ ਆਪਣੇ ਖੇਤਾਂ ਦੇ ਕਿਨਾਰੇ ਫਸਲ ਵਿੱਚ ਪਏ ਬਜ਼ੁਰਗ ਦੇ ਕੱਪੜੇ ਅਤੇ ਲਾਸ਼ ਦਾ ਪਿੰਜਰ ਦੇਖਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਪਿੰਡ ਛਿਛਰੇਵਾਲ ਦਾ ਵਸਨੀਕ ਯਕੂਬ ਮਸੀਹ, ਜੋ ਕਿ ਆਪਣੇ ਰਿਸ਼ਤੇਦਾਰਾਂ ਤੋਂ ਬਟਾਲੇ ਨੂੰ ਉੱਧਰ ਆ ਰਿਹਾ ਸੀ ਆਪਣੇ ਪਿੰਡ ਨੂੰ, ਅਤੇ ਆਪਣੇ ਨਿੱਕੇ ਪਿੰਡ ਛਿਛਰੇਵਾਲ 'ਚ ਉਤਰ ਕੇ ਆਪਣੇ ਘਰ ਨੂੰ ਆ ਰਿਹਾ ਸੀ। ਰਸਤੇ ਵਿੱਚ ਕੁੱਤਿਆਂ ਦਾ ਹੱਡਾ ਰੋੜਾ ਹੈ ਜਿੱਥੇ ਕਿ ਬਹੁਤ ਜ਼ਿਆਦਾ ਬੇਸ਼ੁਮਾਰ ਕੁੱਤੇ ਸਨ, ਉਹਨਾਂ ਨੇ ਉਹਨੂੰ ਘੇਰ ਲਿਆ ਅਤੇ ਨਾਲ ਹੀ ਝੋਨੇ ਵਿੱਚ ਲੈ ਕੇ ਇੱਥੇ ਜਾ ਕੇ ਉਹਦੀ ਜੈੱਡ ਬੈਡੀ ਨੂੰ ਜਿਹੜਾ ਉਹਨਾਂ ਨੇ ਮਤਲਬ ਨੋਚ ਨੋਚ ਕੇ ਖਾ ਲਿਆ। ਘਰਦਿਆਂ ਕਾਫੀ ਜਿਨ੍ਹਾਂ ਤੋਂ ਮਤਲਬ ਲਾਪਤੇ ਲੱਭ ਲੈ ਰਹੀ ਸੀ, ਪਰ ਕੱਲ੍ਹ ਕਿਸੇ ਕਿਸਾਨ ਨੇ ਆਣ ਕੇ ਦੱਸਿਆ ਕਿ ਝੋਨੇ ਵਿੱਚ ਕੋਈ ਪਿੰਜਰ ਪਿਆ ਹੈ। ਪਿੰਜਰ ਤੋਂ ਜਾ ਕੇ ਫਿਰ ਉਹਨਾਂ ਦਾ ਬਟੂਆ ਜਾਂ ਉਹਨਾਂ ਦਾ ਜਿਹੜਾ ਪਰਨਾ ਪੁਰਨਾ ਉਹ 'ਤੇ ਪਛਾਣ ਹੋਈ ਇਹ ਯਕੂਬ ਮਸੀਹ ਹੈ। ਕੀ ਆ ਅਸੀਂ ਤਾਂ ਬੇਨਤੀ ਕਰਨੇ ਹਾਂ ਗੌਰਮੈਂਟ ਨੂੰ ਕਿ ਆ ਜਿਹੜਾ ਹੱਡੋ ਰੋੜਾ ਵਾ ਇਹਨੂੰ ਇੱਥੇ ਚੁੱਕਿਆ ਜਾਵੇ ਜਾਂ ਇਹਨੂੰ ਹੋਰ ਕਿਤੇ ਸ਼ਿਫਟ ਕੀਤਾ ਜਾਏ, ਅਤੇ ਇਹ ਬਹੁਤ ਸਾਰਾ ਨੁਕਸਾਨ ਕਰਦੇ ਆ। ਔਰ ਹੁਣ ਨਵੀਂ ਤਾਜ਼ੀ ਖਬਰ ਆ, ਇੱਕ ਬਜ਼ੁਰਗ ਨੂੰ ਇੱਥੇ ਕੁੱਤਿਆਂ ਦੇ ਢਾਹ ਕੇ ਅਤੇ ਉਹਨੂੰ ਮਾਰਤਾ, ਮਾਰ ਕਰਦਾ ਖਾ ਹੀ ਗਏ ਨੇ ਉਹਨੂੰ, ਅਤੇ ਉਹਨੂੰ ਰਾਤੀ ਅਜੇ ਉਹਦੀ ਡੈੱਡ ਬੈਡੀ ਜਿਹੜੀ ਉਹਨੂੰ ਫਿਰ ਚੁਕਾਈ ਆ ਪੁਲਿਸ ਨੂੰ ਆ ਕੇ, ਅਤੇ ਪਿੰਡ ਦਾ ਚੌਧਰੀ ਸੀ। ਬਾਕੀ ਜਦੋਂ ਵੀ ਇੱਥੋਂ ਦੀ ਸੰਗਤ ਲੰਘਦੀ ਆ ਮਲੇਰੇ ਗੁਰਦੁਆਰੇ ਜਾਂਦੇ ਆ, ਇਹ ਬਹੁਤ ਕੁੱਤੇ ਪੈਂਦੇ ਆ, ਇਹਨਾਂ ਨੂੰ ਕੁੱਤਿਆਂ ਨੂੰ ਕੋਈ ਠੱਲ ਪਾਉਣੀ ਪਈ ਜਾਂ ਤਾਂ ਇਹਨੂੰ ਗੌਰਮੈਂਟ ਲੈ ਜੇ ਫੜ ਕੇ, ਫਿਰ ਜੇ ਨਹੀਂ ਮਾਰਨੇ ਤਾਂ ਖੜ ਕੇ ਲੈ ਜੇ, ਅਤੇ ਜਾਂ ਇਹਨੂੰ ਫਿਰ ਇਹਨਾਂ ਨੂੰ ਮਾਰਿਆ ਜਾਵੇ। ਬਹੁਤ ਨੁਕਸਾਨ ਕਰਦੇ ਆ, ਨਿੱਕੇ ਨਿੱਕੇ ਬੱਚਿਆਂ ਨੂੰ ਪੈ ਜਾਂਦੇ ਆ, ਅਤੇ ਬਹੁਤ ਔਖਾ ਕੰਮ ਹੈ ਅਸੀਂ ਜਾਣਾ ਲੰਘਣਾ। ਬਹਿਰਹਾਲ ਪਿੰਡ ਵਾਸੀ ਵੀ ਕੁੱਤਿਆਂ ਦੇ ਕਹਿਰ ਤੋਂ ਕਾਫੀ ਖੌਫ ਵਿੱਚ ਨੇ। ਉਹਨਾਂ ਨੇ ਮੰਗ ਕੀਤੀ ਹੈ ਕਿ ਕੁੱਤਿਆਂ ਤੇ ਲਗਾਮ ਲਗਾਈ ਜਾਵੇ ਅਤੇ ਉਹਨਾਂ ਨੂੰ ਇਹਨਾਂ ਤੋਂ ਛੁਟਕਾਰਾ ਦਵਾਇਆ ਜਾਵੇ। ਫਤਿਹਗੜ੍ਹ ਚੂੜੀਆਂ ਤੋਂ ਸੁਖਦੇਵ ਸਿੰਘ ਰੰਧਾਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂ ਨੋ SDS, non-SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।